ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਇੱਕ ਚੀਜ਼ ਕਲੀਅਰ ਕਰ ਦੇਣੀ ਚਾਹੁੰਦਾ ਕਿ ਇੱਥੇ ਜਿਹੜਾ ਨੀਂਹ ਪੱਥਰ ਬਣ ਕੇ ਆਇਆ ਉਹ ਜੋ ਪ੍ਰੋਟੋਕਾਲ ਦੇ ਹਿਸਾਬ ਨਾਲ ਨਹੀਂ ਬਣਿਆ, ਉਹਦੇ 'ਚ ਸੁਖਬੀਰ ਸਿੰਘ ਉੱਤੇ ਲਿਖਿਆ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ, ਉਹਦੇ 'ਚ ਲਿਖਿਆ ਗਿਆ ਸੁਖਬੀਰ ਸਿੰਘ ਬਾਦਲ ਸਾਬਕਾ ਡਿਪਟੀ CM। ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਕਿ ਵੈਲਿਡਿਟੀ ਕੀ ਹੈ ਇਹਦੀ, ਕੀ ਇਹ ਚੀਜ਼ਾਂ ਆ ਸਕਦੀਆਂ? ਪੋਲੀਟੀਕਲ ਫੰਕਸ਼ਨ ਨਹੀਂ, ਇਹ ਸਰਕਾਰੀ, ਉਹਦੇ 'ਚ ਸਰਕਾਰੀ ਫੰਕਸ਼ਨ ਆ। ਇਹ ਵਾਈਸ ਪ੍ਰੈਜੀਡੈਂਟ ਆਫ ਇੰਡੀਆ ਆ ਰਿਹਾ, ਵਾਈਸ ਪ੍ਰੈਜੀਡੈਂਟ ਆਫ ਇੰਡੀਆ ਪੋਲੀਟੀਕਲ ਨਹੀਂ, ਪ੍ਰੈਜੀਡੈਂਟ ਆਫ ਇੰਡੀਆ ਪੋਲੀਟੀਕਲ ਨਹੀਂ। ਜੇ ਤਾਂ ਇੱਥੇ ਆਉਂਦੇ ਪ੍ਰਾਈਮ ਮਿਨਿਸਟਰ ਸਾਹਿਬ ਤਾਂ ਅਸੀਂ ਮੰਨ ਸਕਦੇ ਸੀ ਕਿ ਉਹ ਪੋਲੀਟੀਕਲ ਫੰਕਸ਼ਨ ਹੈ ਅਤੇ ਇਹਨਾਂ ਦਾ ਵਿੱਚ ਦੋ ਮੰਤਰੀ ਦਾ ਆਵੇ ਨਾ ਸਾਨੂੰ ਕੋਈ ਨਹੀਂ। ਅਗਰ ਮੁੱਖ ਮੰਤਰੀ ਦਾ, ਸਾਬਕਾ ਮੁੱਖ ਮੰਤਰੀ ਸਾਬਕਾ ਡਿਪਟੀ CM ਦਾ ਨਾਮ ਆਏਗਾ, ਉਹਦੇ 'ਚ ਸੁਖਜਿੰਦਰ ਸਿੰਘ ਰੰਧਾਵੇ ਦਾ ਨਹੀਂ ਨਾਂ ਲਿਖਿਆ ਜਾਏਗਾ, ਮੈਂ ਆਪਣਾ ਨਾਂ ਆਪ ਘਟਾਵਾਂਗਾ। ਮੈਂ ਤੁਹਾਨੂੰ ਦੱਸਦਾ, ਮੈਨੂੰ ਕੈਪਟਨ ਸਾਹਿਬ ਦਾ ਨਹੀਂ ਪਤਾ, ਮੈਨੂੰ ਆਪਣਾ ਪਤਾ। ਮੇਰਾ ਵਿੱਚ ਨਾਂ ਹੋਏਗਾ ਸੁਖਜਿੰਦਰ ਸਿੰਘ ਰੰਧਾਵਾ, ਆਪਣਾ ਇਹਨਾਂ ਦੇ ਨਾਲ ਨਾਮ ਨਹੀਂ ਲਿਖੇਗਾ। ਇਹ ਪੋਲੀਟੀਕਲ ਫੰਕਸ਼ਨ ਨਹੀਂ, ਇਹ ਕ੍ਰੈਡਿਟ ਲੈਣ ਦਾ ਫੰਕਸ਼ਨ ਨਹੀਂ, ਇਹ ਨਿਮਾਣੇ ਸਿੱਖ ਬਣ ਕੇ ਪੂਰੀ ਮੇਰੀ ਸੁਣ ਲਓ। ਆ ਕੈਪਟਨ ਸਾਹਿਬ ਨੇ ਉੱਥੇ ਰੱਖੇ ਆ ਨੀਂਹ ਪੱਥਰ ਸੁਲਤਾਨਪੁਰ ਲੋਧੀ ਦੇ ਡੇਰਾ ਬਾਬਾ ਨੇ, ਉਹਦੇ 'ਚ ਕਿਤੇ ਡੈਡੀਕੇਟਡ ਟੂ ਪੰਜਾਬੀਜ਼ ਲਿਖਿਆ, ਕਿਸੇ ਦਾ ਨਾਂ ਨਹੀਂ ਆਇਆ। ਅਸੀਂ ਗੁਰੂ ਦੀ ਉਪਮਾ ਕਰਨ ਆਏ ਹਾਂ ਕਿ ਅਸੀਂ ਲੋਕਾਂ ਨੂੰ ਦੱਸਣ ਆਏ ਹਾਂ ਕਿ ਅਸੀਂ ਆਹ ਕੀਤਾ। ਜਿਸ ਵੇਲੇ ਮੈਂ ਇਹਨੂੰ ਹਰਸਿਮਰਨ ਨੂੰ ਪੁੱਛਣਾ ਚਾਹੁੰਦਾ ਕਿ ਜਿਸ ਦਿਨ ਉਹ ਗਿਆ ਨਵਜੋਤ ਸਿੱਧੂ, ਉਸ ਦਿਨ ਇਹ ਕਿਹਾ ਇਹ ਗੱਦਾਰ ਆ, ਇਹ ਦੇਸ਼ ਦਾ ਗੱਦਾਰ ਹੈ, ਇਹ ਦੇਸ਼ ਧਰੋਈ ਆ, ਅਤੇ ਅੱਜ ਇਹ ਕਿਹੜੀ ਕੀ ਕਹੇਗੀ ਜਾ ਕੇ ਪਾਕਿਸਤਾਨ? ਇਹ ਚੀਜ਼ਾਂ ਨੂੰ ਸਾਨੂੰ ਧਿਆਨ 'ਚ ਰੱਖਣਾ, ਜਿਹੜਾ ਇਹਨਾਂ ਦਾ ਦੋਗਲਾ ਪਾਣ ਆ ਅਕਾਲੀ ਦਲ ਦਾ, ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਇਹ ਇਸ਼ਾਰਾ ਮੈਨੂੰ ਪਤਾ ਹੀ ਨਹੀਂ, ਇਹ ਉਹਨਾਂ ਨੂੰ ਪੁੱਛੋ ਜਿਹੜੇ ਲਾ ਰਹੇ ਨੇ। ਪਰ ਮੈਂ ਤੁਹਾਨੂੰ ਦੱਸ ਦਿੱਤਾ ਕਿ ਉਹਦੇ 'ਚ ਜੇ ਇਹਨਾਂ ਦੋਨਾਂ ਦਾ ਨਾਂ ਹੋਏਗਾ ਸੁਖਜਿੰਦਰ ਸਿੰਘ ਰੰਧਾਵੇ ਦਾ ਵਿੱਚ ਨਹੀਂ ਨਾ ਹੋਏਗਾ, ਔਰ ਬਾਈਕਆਊਟ ਕਰੂੰਗਾ ਇਸ ਨੀਂਹ ਪੱਥਰ। ਤਾਲਮੇਲ ਕੋਈ ਨਹੀਂ ਹੋਇਆ, ਕੋਈ ਤਾਲਮੇਲ ਨਹੀਂ, ਕੋਈ ਸਾਨੂੰ ਨਹੀਂ ਪੁੱਛ ਰਿਹਾ। ਅਸੀਂ ਉਹਨਾਂ ਨੂੰ ਕਿਹਾ ਸੀ ਕਿ ਅਸੀਂ ਆਪਣਾ ਫੰਕਸ਼ਨ ਵੱਖਰਾ ਕਰਨਾ, ਆਹ ਜਿਹੜੀ ਸਟੇਜ ਆ ਅਸੀਂ ਕਰ ਰਹੇ ਸੀ। ਉਹਦੇ ਬਾਅਦ CM ਸਾਹਿਬ ਦਾ 4 ਵਜੇ ਟੈਲੀਫੋਨ ਆਇਆ ਕਿ ਨਹੀਂ ਉਹਨਾਂ ਨੂੰ ਇਕੱਠਿਆਂ ਕਰਨ ਦਿਓ। ਕੈਪਟਨ ਸਾਹਿਬ ਤੇ ਫਿਰ ਕਹਿੰਦੇ ਕਿ ਏਕਤਾ ਹੋਣੀ ਚਾਹੀਦੀ ਹੈ, ਜੋ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਉਹਦੇ ਰਾਹ 'ਤੇ ਚੱਲਦੇ ਹਾਂ, ਸਾਂਝੀਵਾਲਤਾ ਦਾ ਜਿਹੜਾ ਉਪਦੇਸ਼ ਦਿੱਤਾ ਸੀ ਅਸੀਂ ਉਹਦੇ 'ਤੇ ਚੱਲਦੇ ਹਾਂ। ਪਰ ਇਹ BJP ਇਹਨਾਂ ਨੇ ਜੋ ਇਹ ਕਰ ਰਹੀ ਹੈ, ਡਰਾਮਾ ਕਰ ਰਹੀ ਹੈ।